आम आदमी पार्टी की मीटिंग जिला प्रधान अजय लिबड़ा की अगवाई विच सरहंद विखे की गई। इस मौके पर अजय लिबड़ा का कहना है कि करोना महामारी के विच पंजाब के हस्पतालों की हालत तरसयोग है। उत्थे फतेहगढ़ साहब सरकारी सिविल हस्पताल विच मरीजों का इलाज करन दे बजाए उन्होंने रैफर किया जा रहा है। पंजाब विच करोना कारण मौतों का अंकड़ा वध रहा है, परंतु सरकार वालों करोना नाल मौत होने वालों के अंकड़े घट दसे जा रहे हैं। उन्होंने कहना है कि मुख्यमंत्री कैप्टन अमरिंदर सिंह वालों जो मन की बात पंजाब के पंचायतों के सरपंचों नाल की गई सी वह भी जुमलेबाजी है। उन्होंने कहना है कि कैप्टन सरकार तो लोगों का भरोसा उठ चुका है। पंजाब मंग दा जवाब 14वां इफ देयर इफ यू कैरी टैक्सी कंपनी तुसी लाउणी है कई इकट्ठे होके 50% तुहानू असी सबसिडाइज करी ऑन दिस। ऑन द अदर हैंड मे बी सम प्रोजेक्ट्स इन योर इन द आईटी वर्ल्ड और जेड़ा थोड़ी सोच विच हो रहा है कोई यू वांट टू डू इट व्हाटएवर यू वांट टू डू वी विल अरेंज फंडिंग फॉर यू सो दैट यू कैन गो अहेड एंड डू दिस। की उद्योग शुरू करन लई मिली सरकारी सहायता पंजाब ਮੰਗਦਾ ਜਵਾਬ ਤੇ ਔਖਾ ਤੇ ਹਰ ਇੱਕ ਦੀ ਜਿਹੜੀ ਆਸ ਹੈ ਉਹ ਸਰਕਾਰਾਂ ਤੋਂ ਹੁੰਦੀ ਹੈ ਪਰ ਸਰਕਾਰਾਂ ਦੀ ਇਹਨਾਂ ਦੀ ਲਾਪਰਵਾਹੀ ਕਹਿ ਲਓ ਜਾਂ ਇਹਨਾਂ ਦਾ ਜਿਹੜਾ ਮਨ ਹੈ ਨਹੀਂ ਗੱਲ ਕੰਮ ਕਰਨ ਦਾ ਉਹਦੇ ਕਰਕੇ ਲੋਕਾਂ ਨੂੰ ਬੜਾ ਦੁੱਖ ਝੱਲਣਾ ਪੈ ਰਿਹਾ। ਖਸਤਾ ਹਾਲਤ ਜੇ ਕਿਤੇ ਸੈਂਟਰ ਸਰਕਾਰ ਦੀ ਲਾ ਲਓ ਉਹਨਾਂ ਨੇ ਵੀ ਧਿਆਨ ਨਹੀਂ ਕੀਤਾ। ਵੈਕਸੀਨੇਸ਼ਨਾਂ ਬਾਹਰ ਜ਼ਰੂਰ ਭੇਜਤੀਆਂ ਪਰ ਇੰਡੀਆ ਦੇ ਵਿੱਚ ਭੇਜਣ ਦੀ ਬਜਾਏ ਬਾਹਰ ਭੇਜ ਕੇ ਹੁਣ ਬਾਹਰੋਂ ਮੰਗਵਾਉਣ ਦੀਆਂ ਤਿਆਰੀਆਂ 'ਚ ਨੇ। ਅਤੇ ਉਸੇ ਤਰ੍ਹਾਂ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਨਾਂ ਤੋਂ ਅਜੇ ਤੱਕ 1.25 ਸਾਲ ਹੋ ਗਿਆ ਕੋਈ ਇਨਫਰਾਸਟ੍ਰਕਚਰ ਕੋਈ ਹੋਸਪਿਟਲ ਦਾ ਸਿਸਟਮ ਕੋਈ ਤਰੀਕਾ ਨਹੀਂ ਬਣਿਆ ਨਾ ਆਕਸੀਜਨ ਨਾ ਦਵਾਈਆਂ ਕਿਸੇ ਤਰ੍ਹਾਂ ਦਾ ਇਹਨਾਂ ਦਾ ਸਿਸਟਮ ਨਹੀਂ ਹੈ। ਉੱਤੋਂ ਦੀ ਜਿਹੜੇ ਲੋਕ ਨੇ ਉਹ ਕਿੰਨੇ ਔਖੇ ਨੇ ਕਿਵੇਂ ਦੁਕਾਨਦਾਰ ਕਿਵੇਂ ਮਜ਼ਦੂਰ ਕਿਵੇਂ ਜਿਹੜਾ ਆਮ ਬੰਦਾ ਉਹ ਕਿਵੇਂ ਇਹ ਸਮੇਂ ਨੂੰ ਟਪਾਵੇ। ਖਰਚੇ ਸਾਰਿਆਂ ਦੇ ਉੱਨੇ ਨੇ ਅਤੇ ਕੰਮ ਸਾਰਿਆਂ ਦੇ ਬੰਦ ਪਏ ਆ। ਇਹਨਾਂ ਨੂੰ ਕੀ ਇਹਨਾਂ ਦੀ ਕੰਪਨਸੇਸ਼ਨ ਸਰਕਾਰ ਦੇ ਸਕਦੀ ਹੈ ਕਿਸ ਤਰ੍ਹਾਂ ਦੀ ਪਲੈਨਿੰਗ ਬਣਾ ਸਕਦੀ ਹੈ। ਜੋ ਕੰਪਨਸੇਸ਼ਨ ਦਿੱਲੀ ਸਰਕਾਰ ਨੇ ਦਿੱਤੀ ਹੈ ਉਹ ਤੋਂ ਇਹ ਸਿੱਖ ਲੈਣ ਅਤੇ ਜੇ ਪੰਜਾਬ ਵਿੱਚ ਉਹ ਸਾਰੀਆਂ ਸਕੀਮਾਂ ਲਾਗੂ ਕਰਨ ਉਹ ਸਿਖਾਈ ਜਾਣਗੇ ਦਿੱਲੀ ਵਾਲੇ ਅਤੇ ਕਰੀ ਜਾਣ ਤਾਂ ਵੀ ਲੋਕਾਂ ਦਾ ਬਹੁਤ ਭਲਾ ਹੋ ਜੂ। ਜਿਵੇਂ ਹੁਣ ਲੇਟੈਸਟ ਸਕੀਮ ਦਿੱਲੀ ਆਈ ਹੈ ਉਹਨਾਂ ਨੇ ਅਨਾਊਂਸ ਕੀਤਾ ਵੀ ਜਿਹੜਾ ਵੀ ਜਿਹੜੀ ਵੀ ਡੈਥ ਇਹਦੇ ਨਾਲ ਹੁੰਦੀ ਹੈ ਉਹਨੂੰ 50,000 ਰੁਪਈਆ ਕੰਪਨਸੇਸ਼ਨ ਸਰਕਾਰ ਦਊਗੀ। ਨਾਲ ਜਿਹੜਾ ਬੰਦਾ ਜੋਬ ਕਰਦਾ ਉਹਦੀ ਡੈਥ ਹੋ ਗਈ ਉਹਨੂੰ 50,000 ਦੇ ਨਾਲ 2,500 ਰੁਪਈਆ ਮਹੀਨਾ ਵੀ ਉਹਨਾਂ ਦੀ ਫੈਮਿਲੀ ਨੂੰ ਲਾਇਆ ਜਾਊਗਾ। ਦੂਜੇ ਪਾਸੇ ਜਿਹੜੇ ਬੱਚੇ ਉਹਨਾਂ ਦੇ ਪੇਰੈਂਟਸ ਦੀ ਡੈਥ ਹੋ ਗਈ ਹੈ ਇਕੱਲੇ ਰਹਿ ਗਏ ਔਰਫਨ ਹੋ ਗਏ ਹੈ ਲਵਾਰਸ ਹੋ ਗਏ ਹੈ ਉਹਨਾਂ ਨੂੰ 2,500 ਰੁਪਈਆ ਮਹੀਨਾ ਅਤੇ ਉਹਨਾਂ ਦੀ ਪੜ੍ਹਾਈ ਸਰਕਾਰੀ ਖਰਚੇ ਦੇ ਉੱਤੇ ਕਰਾਈ ਜਾਊਗੀ। ਸੋ ਇਹੋ ਜਿਹੀਆਂ ਅਨੇਕਾਂ ਹੀ ਸਕੀਮਾਂ ਜੇ ਆਪਾਂ ਰਾਸ਼ਨ ਲਾਈਏ ਰਾਸ਼ਨ ਉੱਥੇ ਦਿੱਲੀ ਦੇ ਵਿੱਚ 72 ਲੱਖ ਬੰਦਿਆਂ ਨੂੰ ਫ੍ਰੀ ਰਾਸ਼ਨ ਹੈ ਭਾਵੇਂ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਭਾਵੇਂ ਨਹੀਂ ਹੈ ਉੱਥੇ ਰਾਸ਼ਨ ਮੁਹੱਈਆ ਕਰਾਇਆ ਜਾਊਗਾ। ਕੀ ਇਹ ਪੰਜਾਬ ਸਰਕਾਰ ਇਹ ਸਕੀਮਾਂ ਦੇ ਸਕਦੀ ਹੈ ਕੀ ਲੋਕਾਂ ਦਾ ਭਲਾ ਕਰ ਸਕਦੀ ਹੈ ਜਾਂ ਟੀ ਵੀ 'ਤੇ ਆ ਕੇ ਝੂਠ ਬੋਲ ਕੇ ਸਕੀਮਾਂ ਦੇ ਐਲਾਨ ਕਰਕੇ ਅਤੇ ਗਾਇਬ ਹੋਣ ਦਾ ਇੱਕ ਇਹਨਾਂ ਨੇ ਜਿਹੜਾ ਕੰਮ ਫੜਿਆ ਹੋਇਆ ਉਹਦੇ ਨਾਲ ਲੋਕਾਂ ਦਾ ਭਲਾ ਨਹੀਂ ਹੋਣਾ। ਇਹ ਲੋਕਾਂ ਨੂੰ ਕੁਛ ਲੋਕਾਂ ਦੇ ਵਾਸਤੇ ਸਕੀਮਾਂ ਇਹ ਪੰਜਾਬ ਸਰਕਾਰ ਨੂੰ ਕਰਨੀਆਂ ਪੈਣੀਆਂ ਕਿਉਂਕਿ ਨਾ ਦਵਾਈਆਂ ਨਾ ਆਪਣੇ ਆਕਸੀਜਨ ਅਤੇ ਨਾ ਹੀ ਕੋਈ ਇਨਫਰਾਸਟ੍ਰਕਚਰ ਨਾ ਹੋਸਪਿਟਲ। ਵੈਂਟੀਲੇਟਰ ਲਾ ਲਓ ਆਪਣੇ ਜਿਹੜੇ ਈਵਨ ਸੈਂਟਰ ਸਰਕਾਰ ਨੇ ਭੇਜੇ ਨੇ ਉਹ ਵੀ ਹੁਣ ਕਹਿੰਦੇ ਜੀ ਖਰਾਬ ਆਏ ਨੇ। ਜੇ ਪਹਿਲਾਂ ਹੀ ਦੱਸ ਦਿੰਦੇ ਜਿੱਦਣ ਆਏ ਸੀ ਤਾਂ ਹੁਣ ਤੱਕ ਸ਼ਾਇਦ ਠੀਕ ਹੋ ਜਾਂਦੇ। ਈਵਨ ਫਤਿਹਗੜ੍ਹ ਸਾਹਿਬ 'ਚ ਕਿਸੇ ਪ੍ਰਾਈਵੇਟ ਕੰਪਨੀ ਨੇ ਵੀ ਵੈਂਟੀਲੇਟਰ ਦਿੱਤੇ ਹੈ ਪਰ ਹਾਲੇ ਤੱਕ ਕੋਈ ਇੰਤਜ਼ਾਮ ਨਹੀਂ ਵੈਂਟੀਲੇਟਰਾਂ ਦਾ। ਜੇ ਕੋਈ ਐਮਰਜੈਂਸੀ 'ਚ ਹਸਪਤਾਲ ਚਲਿਆ ਜਾਂਦਾ ਅਤੇ ਉਰੇ ਹੋਸਪਿਟਲਾਂ ਕੋਲ ਇੱਕੋ ਹੀ ਚੀਜ਼ ਹੈ ਰੈਫਰ ਕਰ ਦਿਉ ਅੱਗੇ ਰੈਫਰ ਕਰਕੇ ਭੇਜਦੇ ਨੇ ਪਟਿਆਲੇ ਅਜਿੰਦਰਾ ਹਸਪਤਾਲ ਜਿਹੜਾ ਇੱਕ ਮੌਤ ਦਾ ਖੂਹ ਬਣਿਆ ਪਿਆ। ਸੋ ਬੰਦਾ ਜਾਵੇ ਤਾਂ ਜਾਵੇ ਕਿੱਥੇ। ਹੁਣ ਸਮਾਂ ਇਹ ਆ ਗਿਆ ਹੈ ਕਿ ਲੋਕ ਡਾਕਟਰਾਂ ਅਤੇ ਹਸਪਤਾਲਾਂ ਤੋਂ ਵੱਧ ਡਰਨ ਲੱਗ ਪਏ ਘਰੇ ਰਹਿਣ ਲੱਗ ਕੇ ਆਪ ਹੀ ਦਵਾਈ ਦਵਾ ਦਾਰੂ ਕਰਨ ਲੱਗ ਗਏ। ਸੋ ਸਰਕਾਰ ਦੇ ਉੱਤੋਂ ਲੋਕਾਂ ਦਾ ਭਰੋਸਾ ਜਮ੍ਹਾਂ ਟੁੱਟ ਚੁੱਕਿਆ। ਇਹ ਸਰਕਾਰ ਨੂੰ ਇਹਨਾਂ ਨੂੰ ਸਾਰੇ ਇਨਫਰਾਸਟ੍ਰਕਚਰ ਨੂੰ ਠੀਕ ਕਰਨਾ ਪਊ ਅਤੇ ਜੋ ਵੀ ਕੰਪਨਸੇਸ਼ਨ ਹੈ ਜਿਹੜਾ ਲੋਕਾਂ ਦਾ ਨੁਕਸਾਨ ਹੈ ਦਿੱਲੀ ਦੀ ਤਰਜ 'ਤੇ ਦਿੱਲੀ ਤੋਂ ਸਿੱਖ ਕੇ ਪੰਜਾਬ ਸਰਕਾਰ ਲੋਕਾਂ ਵਾਸਤੇ ਧਿਆਨ ਕਰੇ ਅਤੇ ਇਹਨਾਂ ਨੂੰ ਇਹ ਕੰਪਨਸੇਟ ਕਰੇ।